जानवर माशाल्लाह पांच लियांदे सन ठीक है जिन्ना चो दो गावां राती दे छड़ियां ने ठीक है एक गां दित्ती है धारोवाल ठीक है एक गां दित्ती है खमंड दरा पिंड दो टुर गईयां दो टुर गईयां ठीक हो गया जनाब मेरी त्रै झोटियां ने जी इन्ना च भी दो दे छड़ियां ने दो प्यारे जी ने चालकोट ला गए सन ठीक हो गया झोटी भी बाद छड़ी देड़ी हूं जुमे फिर तुस आख्या चलो वीडियो मैं हूं सोमवार फिर चलो जी बिलकुल अज सामने आ गए इंशाल्लाह ते पांच डंगर ने साडे भरा ने जी पाकिस्तान प्यार करते ने जी बिलकुल सलाम तुहाडे मर्दान तो सलाम है ठीक है उन्होंने अगे मझा भी तोड़ते रहे हैं जी उन्हें बड़े चेज ने साडी वीडियो बंदे ने उन्होंने आख्या सी साडा भाई दिशान नु भी ते भाई बिलाल नु सलाम देना है ठीक हो अबू खरैरा उन्हों दा नाम है ठीक हो गया जनाब ते उन्हों दे अबू दा नाम है अजी शेर गालब इसे तरह ढेर ने भाई अली ने रजा सियालकोट आले जमशेद सारे बाद चो और भी बड़े भरा ने जी बिलकुल फोन भी बड़ा कीता ने बट जी खैर है ना जी उधर तुहानू पता सी चिकन दे फिर काम शाम जी बिलकुल देखो जी ए ना लैन लगी है ना बड़ा लम्मा एक लम्मी लिस्ट है जनाब ना लैंदे जेड़ा ना शाम हो जानी है सारे भरावां दी जेड़ा है ना ए चाहत मोहब्बत दा जेड़ा ना ए जनाब शुक्रिया अदा करने ते जिथे जिथे भी भरा बह के वीडियो वेखदे हो ना इंशाल्लाह ओ साडे नाल मोहब्बत करदे हो उस मोहब्बत दा जनाब शुक्रिया अदा सी जेड़ा है ना ए जनाब दा करने सारे भरावां दा जेड़ा के जेड़े वीडियो वेख के लाइक करदे हो शेयर करदे हो और इकबाल आलम हकीम जनाब यूके दे जिला सियालकोट जसके दे नाल जेड़ा है ना वो जनाब दा तल्लक है जनाब उन्होंने कहा कि व्हाट्सएप नु सलाम जेड़ा है ना जी वालेकुम जरूर देना है जनाब वालेकुम सलाम जी भाईजान त्रैवे झोटियां माशाल्लाह दूजना सन ठीक हो गया जनाब ए झोटी दे दिहाड़े रहिंदे ने 12-13 ए दिन लैंदी है जी ए कच्ची है झोटी ठीक हो गया जनाब चलो भरावां नु खाने आ जी
ਅਗੂ ਰੁੱਤ ਤੇ ਮੁੱਲ ਸ਼ੁੱਲ ਸਾਰੇ ਭਰਾਵਾਂ ਨੂੰ ਪਤਾ ਲੱਗਦੇ ਨੇ, ਉਹਨੂੰ ਦਿਹਾੜੀ ਦਿਹਾੜੀ ਜੋ ਕੋਈ ਹਾਲਾਤ ਵੀ ਹੁੰਦੇ ਨੇ ਤੱਲਾ ਹੁੰਦਾ ਜਾਂਦਾ। ਆ ਤੂੰ ਜੀ ਇਨਸ਼ਾਅੱਲਾ ਜਿੰਨੇ ਜੋਗੇ ਆ ਚਲੋ ਵਿੱਚ ਆਉਂਦੇ ਰਹਾਂਗੇ, ਠੀਕ ਹੋ ਗਿਆ ਜੋ ਕੁਝ ਅੱਲਾ ਨੇ ਦਿੱਤਾ ਮਿਸਾਲ ਉਹਨਾਂ ਵਹਾਂਦੇ ਰਹਾਂਗੇ ਜੀ ਬਿਲਕੁਲ। ਤੇ ਹਰ ਹਾਲ ਹਰ ਮੌਸਮ ਦੇ ਵਿੱਚ ਮੁੱਲ ਵੱਖਰਾ ਹੋਵੇ ਇਨਸ਼ਾਅੱਲਾ, ਮੁੱਲ ਅੱਲਾ ਦੇ ਫਜ਼ਲ ਨਾਲ ਪਾ ਝੋਟੀ ਭਰਾਵਾਂ ਵੇਚਣੀ ਹੈ, ਠੀਕ ਹੈ। ਝੋਟੀ ਦਾ ਝਾੜਾ ਹੀ ਤਕਰੀਬਨ 12-13 ਤੋਂ ਦੱਸਿਆ ਰਹਿੰਦੇ ਨੇ, ਵੈਰੀ ਗੁੱਡ ਜੀ। ਦੋ ਵਾਰ ਬਣਦੇ ਨੇ ਆ ਤੂੰ ਅੱਲਾ ਰੱਖੇ ਨਾ ਖੈਰ, ਠੀਕ ਹੈ ਬਈ। ਜਿਹੜਾ ਭਰਾ ਖੜੇ ਦਾ ਯਾਦ ਵੀ ਕਰੇ ਦਾ ਕੱਚੀ ਹੈ ਦਿਹਾੜੇ ਅੱਠ ਦਾ ਸਾਂਭੇ ਦਾ, ਠੀਕ ਹੈ। ਪਾਕ ਨੂੰ ਰਿਜ਼ਕ ਵੀ ਦੇ ਦਾ ਮਾਲਕ ਹੋਣਾ, ਵੈਰੀ ਗੁੱਡ ਜੀ। ਪਤਾ ਜੇ ਪਿਛਲੇ ਤੋਂ ਪਿਛਲੇ ਵਾਰ ਜੇ ਅਸੀਂ ਵੀਡੀਓ ਲਾਈ ਝੋਟੀ ਦਾ ਵਿੱਚ ਮੈਂ ਰੇਟ ਲਾਇਆ ਸੀ 4,00,000 ਤੇ 50,000 ਰੁਪਇਆ, ਜੀ ਬਿਲਕੁਲ ਜਨਾਬ। ਉਹ ਇੱਥੇ ਦਿੱਤੇ ਸੀ ਢੋਲੇ ਸਾਡਾ ਭਰਾ ਹੈ ਉਹਨੂੰ, ਜੀ ਬਿਲਕੁਲ। ਅੱਲਾ ਪਾਕ ਖੈਰ ਕਰੇ ਤੇ ਬੜੀ ਸੋਹਣੀ ਝੋਟੀ ਬਣੀ ਹੈ, ਬੜੇ ਖੁਸ਼ ਨੇ। ਕੱਚੀ ਝੋਟੀ, ਕੱਚੀ ਝੋਟੀ ਕਾਲੀ, ਜੀ ਬਿਲਕੁਲ। ਉਹਦੇ ਨਾਲ ਦੀ ਲੱਭਦੀ ਹੈ ਨਾ 5,00,000 ਦੀ ਬੀਬੀ ਤੇ ਫਿਰ ਦੇਖੋ ਵਟਸਐਪ 2 ਸਾਲ ਬਾਅਦ ਉਹਨਾਂ ਨੂੰ ਝੋਟੀ ਦੀ ਜ਼ਰੂਰਤ ਪਈ ਹੈ ਇਨਸ਼ਾਅੱਲਾ। ਉਹਨਾਂ ਨੇ ਕਿਹਾ ਕਿ ਭਾਈ ਜ਼ਹਿਰ ਕੋਲੋਂ ਜਿਹੜਾ ਅੱਲਾ ਦੇ ਹੁਕਮ ਨਾਲ ਇਹ ਝੋਟੀ ਜਨਾਬ ਲੈਣੀ ਹੈ ਪਿੰਡ ਢੋਲਾ। ਸਿਰ ਝੋਟੀ ਦੀਆਂ ਵੰਡਾਂ ਵੇਖੋ, ਠੀਕ ਹੈ। ਕੱਦ ਵੇਖਣਾ, ਹਾਈਟ ਵੇਖਣੀ ਹੈ, ਪੁੱਠਾ ਵੇਖਣਾ ਹੈ, ਕੌਲੀ ਵੇਖਣੀ ਹੈ, ਜੀ ਬਿਲਕੁਲ। ਸਿਰਫ ਪਤਾ ਜੇ ਨੁਕਸ ਕੀ ਹੈ, ਦਿਨ ਲੈਂਦੀ ਹੈ ਝੋਟੀ ਹੈ ਜਰਾ ਕੱਚੀ, ਜੀ ਬਿਲਕੁਲ। ਉਂਝ ਗਾੜੀ ਵੇਖੋ ਤੁਸੀਂ ਧੁੰਨੀ ਕੋਲ ਟੁਰੀ ਹੈ, ਜੀ ਬਿਲਕੁਲ। ਇੰਨੀ ਅੱਲਾ ਦਾ ਹੁਕਮ ਹੋਇਆ ਸੋਹਣੇ ਦਾ ਗਿੱਠ ਗਿੱਠ ਲਿਬਾਸ ਪਿਛਾਂ ਕੱਢ ਛੱਡਿਆ, ਚੰਗੀਆਂ ਵਾਲੀ ਨਿਸ਼ਾਨੀ, ਚੰਗੀਆਂ ਵਾਲੀ ਨਿਸ਼ਾਨੀ, ਮੁੱਠ ਮੁੱਠ ਥਣ ਸੋਹਣਾ, ਜੀ ਬਿਲਕੁਲ, ਠੀਕ ਹੈ। ਔਰ ਚਮ ਜਿਹੜਾ ਚਮ ਮੈਂ ਨਾ ਇੰਜ ਜਿਕਣ ਗੰਢੇ ਦੀ ਛਿੱਲ ਹੁੰਦੀ ਹੈ, ਜੀ ਬਿਲਕੁਲ ਜੀ। ਤੂੰ ਜਾਜ ਰੇਟ ਵੀ ਇੰਜ ਦਾ ਲਾਂਗਾ ਤੇ ਡੰਗਰ 5-4 ਵਿਕ ਗਏ ਨੇ, ਠੀਕ ਹੈ। ਰੋਂਡ ਛੋਟੀ ਇੱਕ ਹੀ ਰਹਿ ਗਈ, ਇੱਕ ਹੀ ਰਹਿ ਗਈ। ਤੂੰ ਭਰਾ ਅੱਲਾ ਦੇ ਫਜ਼ਲ ਨਾਲ ਮੁੱਲ ਵੀ ਸੁਣ ਕੇ ਨਾ, ਚਲੋ ਰੋਜ਼ ਵਹਿੰਦੇ ਨੇ ਤੇ ਵੀਡੀਓ ਵਹਿੰਦੇ ਨੇ ਤੇ ਸਾਰੇ ਕੰਮ ਪੇ ਕਰਦੇ ਨੇ, ਜੀ ਬਿਲਕੁਲ। ਅਸੀਂ ਵੀ ਪੇ ਵਹਿੰਦੇ ਆ, ਜੀ ਬਿਲਕੁਲ। ਅੱਜ ਜਿਕਣ ਦੀ ਮਾਰਕੀਟ ਚੱਲਦੀ ਹੈ ਜਾਂ ਜਿਕਣ ਦੇ ਮੁੱਲ ਨੇ, ਜੀ ਬਿਲਕੁਲ। ਇਹ ਜਿਹੜੀ ਝੋਟੀ ਹੈ ਨਾ, ਠੀਕ ਹੈ, ਜੇਤ ਕਰੀਏ ਨਾ ਤਿਆਰ ਤਾਂ ਤੇ 5,65,000 ਦੀ ਪੁੱਛ ਰੋ ਬੱਬਰ ਚਿਹਰਾ, ਇਹ ਤਿਆਰ ਦਾ ਮੁੱਲ ਹੈ, ਠੀਕ ਹੈ। ਚਲੋ ਵਿਕ ਗਈਆਂ ਨੇ ਦੂਜੀਆਂ ਤੇ ਮੁੱਲ ਤਾਂ ਇੰਜ ਦਾ ਲਾਂ ਦਾ ਵਾ, ਜਿਹੜਾ ਭਰਾ ਖੜੇ ਉਹਨੂੰ ਵੀ 50,000 ਬੱਚੇ 8-10 ਦਿਨ ਜਿਸ ਅੱਜ ਖੇਡਣੀ ਹੈ ਨਾ, ਕੋਈ ਲੰਮਾ ਮੁੱਲ ਨਹੀਂ, ਠੀਕ ਹੋ ਗਿਆ। ਗੋਵੇ ਦੀ ਫਾਈਨਲ, ਠੀਕ ਹੈ। ਆ 4,55,000 ਦੀ ਝੋਟੀ ਦੇ ਛੜਾਂ ਦਾ ਰਾਜ਼ੀਆਂ ਤੇਰੇ ਤੋਂ 1,10,000 ਗਿਆ ਅੱਲਾ ਦੇ ਹੁਕਮ ਨਾਲ, ਤੇ 1,10,000 ਸਸਤੀ ਹੈ ਜਿਸ ਭਰਾ ਅੱਜ ਲੈ ਜਾਣੀ ਹੈ, ਜਿੰਨੇ ਅੱਜ ਲੈ ਜਾਣੀ। 15 ਦਿਹਾੜੇ ਝੋਟੀ ਦੇ ਮਾਲਕਾਂ ਦੇ ਹਿਸਾਬ ਨਾਲ ਰਹਿੰਦੇ ਨੇ ਤੇ ਝੋਟੀ ਦੁੱਧ ਵੀ 14-15 ਸਿਰ ਦਿੰਦੀ ਰਹੀ ਹੈ। ਅੱਲਾ ਦੇ ਹੁਕਮ ਨਾਲ ਜਿੰਨੀ ਕੁਝ ਹੋਗਾ, ਜਿੰਨੀ ਕੁ ਜਗ੍ਹਾ ਆਈ ਤੇ ਕੁਝ ਵੀ ਨਹੀਂ, ਇਹ ਤਾਂ ਭਾਅ ਹੁਣ ਲਾਏ ਪਈ ਹੈ। 4,55,000 ਦੀ ਜਿਹੜੇ ਭਰਾ ਦਾ ਦਿਲ ਹੋਇਆ ਅੱਜ ਹੋਵੇ ਦਾ ਰੇਟ ਇਹਦਾ, ਆਈਏ ਨੇ ਸਿਰਫ ਨਕਸ਼ਾ ਬਣਾਇਆ, ਨਕਸ਼ਾ ਬਣਾਇਆ ਇਹ ਤਾਂ ਨਹੀਂ ਧਰੀ ਸੀ ਅੱਲਾ ਦੇ ਫਜ਼ਲ ਨਾਲ, ਏਡਾ ਪੁੱਠਾ ਜਾਂ ਏਡੀ ਵੇਲ ਹੀ ਨਹੀਂ ਕਿਸੇ ਝੋਟੀ ਦੀ ਸੋਹਣੀ, ਫਿਰ ਅੱਡੀ ਇੱਕ ਜਿਹੜਾ ਇੱਕ ਅੱਡੀ ਸੋਹਣੀ, ਮਾਸ਼ਾਅੱਲਾ, ਲਾਮ ਚੰਗਾ, ਪੁੱਠਾ ਚੰਗਾ, ਖੁੱਡਾ ਚੰਗਾ, ਨਸਲ ਜਿਹੜੀ ਹੈ ਨਾ, ਨਸਲ 100 ਮੱਝੀ ਦੀ ਵੱਖਰੀ ਹੋਵੇ, ਮਾਸ਼ਾਅੱਲਾ। ਪਿਛਲੇ ਪੈਰ ਦੋਵੇਂ ਜਿਹੜੇ ਨੇ ਸੁੱਜੇ ਨੇ, ਅੱਖਾਂ ਚ ਕਰਨੀਆਂ ਨੇ ਦੋਵੇਂ ਇੱਕੋ ਜਿਹੇ, ਫਿਰ ਏਡੀ ਵੱਡੀ ਹੋ ਕੇ ਮੂੰਹ ਦੀ ਬੜੀ ਸੌ ਹੈ, ਮਸਕੀਨ ਜਈਏ ਜੀ ਜੀ। ਲੋ ਜੀ, ਜਿਸ ਭਰਾ ਨੂੰ ਪਸੰਦ ਆਵੇ ਨਾ, 4,55,000 ਰੁਪਇਆ ਜਿਹੜਾ ਹੈ ਨਾ, ਇਸ ਝੋਟੀ ਦਾ ਵਟਸਐਪ ਨੇ ਨਾਂ ਰੱਖਿਆ ਤੇ ਕਦਰ ਜਿਹੜੀ ਹੈ ਨਾ, ਇਹ ਜ਼ਰੂਰ ਹੋਵੇ। ਪਾਏ ਨਾ ਮੁੱਲਾਂ ਨਾਲ ਤੇ ਕੋਈ ਤਲਕ ਨਹੀਂ, ਅੱਲਾ ਜਾਣਦਾ ਨਿਰਾ ਬਚਲਾ ਦਿਹਾੜੇ ਬਾਵਾ ਹੋ ਗਏ ਸਨ, ਮੱਝਾਂ ਦੇ ਗਈਆਂ ਨੇ ਭਰਾਵਾਂ ਨੂੰ ਕਸਮ ਤੋਹਫਾ ਦਿੱਤਾ ਜਿਹਦੇ ਜਿਸ ਭਰਾ ਨੂੰ ਖੜੀ। ਵੈਰੀ ਗੁੱਡ ਜੀ, ਜਿਹਨੇ ਪਹਿਲਾਂ ਵੇਖ ਲੈਣੀ ਹੈ ਜਾਂ ਜਿਹਦੇ ਪਹਿਲਾਂ ਨਸੀਬਾਂ ਚ ਹੋਣੀ ਹੈ ਨਾ, ਤੇ ਝੋਟੀ ਜਨਾਬ ਟੁਰ ਜਾਣੀ। ਲੋ ਜੀ, ਜੋੜਾ ਜਿਹੜਾ ਵਿਕੀਆਂ ਝੋਟੀਆਂ, ਇਹ ਵਿਕੀਆਂ ਵਹਾਣੀਆਂ ਨੇ ਤੇ ਅੱਲਾ ਪਾਕ ਦਾ ਕਰਮ ਹੈ, ਔਰ ਸਾਰੇ ਭਰਾ ਲਿਆਉਂਦੇ ਨੇ, ਜੀ ਬਿਲਕੁਲ। ਮੇਰਾ ਇੱਕ ਵਾਰੀ ਮੂੰਹ ਵੇਖ ਛੜੀਏ ਨਾ, ਫਿਰ ਸ਼ੋਕੀਆ ਤੱਕਣੀ ਆ ਜੇ ਸਾਡੇ ਭਰਾਉ ਨੇ ਲਈਆਂ ਨੇ ਨਾ, ਉਹ ਵੀ ਆਸ਼ਕ ਹੈ, ਤੁਹਾਨੂੰ ਉਹਦਾ ਪਤਾ ਹੈ, ਜੀ ਬਿਲਕੁਲ। ਆਸ਼ਕਾਂ 'ਚ ਨਾ ਹੈ ਉਹਦਾ, ਜੀ ਬਿਲਕੁਲ। ਅੱਲਾ ਦੇ ਹੁਕਮ ਨਾਲ ਨਾ ਜਿਹੜਾ ਹੈ ਨਾ, ਜਨਾਬ ਉਹ ਜਿਹੜਾ ਕਿ ਜਿਨ੍ਹਾਂ ਨੇ ਝੋਟੀਆਂ ਜਿਹੜਾ ਹੈ ਇਹ ਜੋੜਾ ਝੋਟੀਆਂ ਦਾ ਲਿਆ, ਅੱਲਾ ਦੇ ਫਜ਼ਲ ਕਰਮ ਨਾਲ ਹਜ਼ਾਰ ਮੱਝੀ 'ਚ ਵੱਖਰੀ, ਜਿਹੜੇ 100 ਮੱਝ ਖਲੋਤੀ ਹੋਵੇ ਨਾ, ਠੀਕ ਹੈ, ਤੇ ਅੱਲਾ ਦੇ ਫਜ਼ਲ ਨਾਲ ਜਿਹੜਾ ਭਰਾ ਮੱਝਾਂ ਨੂੰ ਸਮਝਦਾ ਹੋਇਆ, ਜੀ ਬਿਲਕੁਲ, ਇਹਦੀ ਕੰਢੀ 'ਤੇ ਆ ਕੇ ਥਾਪੜਾ ਮਾਰਦਾ ਵਾ ਝੋਟੀ ਹੈ। ਅੱਲਾ ਪਾਕ ਨੇ ਸਾਰੀਆਂ ਹੀ ਚੰਗੀਆਂ ਨੇ, ਜੀ ਬਿਲਕੁਲ। ਅੱਲਾ ਪਾਕ ਨੇ ਸਭ ਬੜੀਆਂ ਬੜੀਆਂ ਸੋਹਣੀਆਂ ਬਣਾਈਆਂ, ਜੀ ਬਿਲਕੁਲ ਜੀ। ਅੱਲਾ ਪਾਕ ਜਿੰਨਾ ਲਈਆਂ ਨੇ ਨਾ, ਇਹ ਜੋੜਾ ਇਕੱਠਾ ਦਿੱਤਾ, ਮੈਂ ਵਜ਼ਾਹਤ ਕਰ ਸਕਦਾ ਕਿ ਵੇਚਣ ਵਾਸਤੇ ਇਹ ਜਨਾਬ ਅੱਲਾ ਪਾਕ ਉਹਨਾਂ ਨੂੰ ਰਿਜ਼ਕ ਦਵੇ, ਤੇ ਹੋਰ ਜਿਹੜੇ ਭਰਾ ਵੀਡੀਓ ਵੇਖਦੇ ਹੋ ਨਾ, ਅਗਰ ਕੋਈ ਭਰਾ ਇਹਨਾਂ ਝੋਟੀਆਂ ਦਾ ਲੈ, ਜੀ ਬਿਲਕੁਲ, ਜੀ ਬਿਲਕੁਲ, ਆਪੂ ਬੰਦਾ ਪਿਆ ਰੋਲਾ ਪਾਏ ਨਾ, ਉਹਦਾ ਫਾਇਦਾ ਨਹੀਂ ਹੈ, ਬਿਲਕੁਲ।
अपना सौदा जेड़ा जी पेन करना है, बाकी सारे भरावां ने दुआवां च याद रखना है। इसे वीडियो दे नाल दिओ इजाजत इंशाल्लाह। नेक्स्ट वीडियो दे नाल फिर हाजिर होवांगे। व्हाट्सएप नारा मारना जी, पाकिस्तान जिंदाबाद, जिंदाबाद, नारा हैदरी जिंदाबाद।